ਕਿੱਧਰ ਜਾਣਾ ਹੁੰਦਾ ਨਹੀਂ ਰਸਤੇ ਕਿਹਨੂੰ ਪਤਾ ਨਹੀਂ ਲੱਗਦਾ। ਹੈਲੋ ਹਾਂਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ ਆਪਾਂ ਹੋ ਗਿਆ ਤਿਆਰ ਆ ਤੇ ਅੱਜ ਰਿਪਨ ਹੋਰਿਆਂ ਦਾ ਬਰਥਡੇ ਆ। ਅੱਜ ਹੈਗਾ ਜੀ 31 ਅਕਤੂਬਰ ਤੇ ਰਿਪਨ ਤੇ ਗੁਰਲੀਨ ਦਾ ਬਰਥਡੇ ਆ। ਤੇ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸਦਾ ਜੀ, ਇਹ ਦੋਨੋਂ ਟਵਿੰਸ ਨੇ ਤੇ ਮਨਵੀਰ ਤੋਂ ਆਪਣੀ ਤੋਂ ਇਹ 4.5 ਸਾਲ ਛੋਟੇ ਨੇ। ਮਨਵੀਰ ਦਾ ਜਨਮ ਅਪ੍ਰੈਲ ਦਾ, ਇਹਨਾਂ ਦਾ 31 ਅਕਤੂਬਰ ਦਾ। ਆ ਜਾਓ ਬਰਥਡੇ ਗਰਲ, ਬਰਥਡੇ ਗਰਲ ਰੈਡੀ ਹੋ ਗਈ ਹੈ। ਬਰਥਡੇ ਗਰਲ ਨੂੰ ਕੱਲ੍ਹ ਗਿਫਟ ਮਿਲ ਗਿਆ। ਆਹ ਵੇਖੋ, ਅੱਜ ਮੈਥੋਂ ਪਵਾਉਣਾ ਸੀ, ਆਹ ਲਿਆਂਦਾ ਸੀ ਇਹਦੇ ਵਾਸਤੇ ਗਿਫਟ। ਤੁਸੀਂ ਦੱਸਿਓ ਵੀ ਸੋਹਣੇ ਲੱਗੇ ਇਹ ਵਾਲਾ, ਇਹਦਾ ਗਿਫਟ ਹੈ ਜੀ। ਅਤੇ ਰਿਪਨ ਨੂੰ ਬਥੇਰਾ ਮਹਿੰਗਾ ਗਿਫਟ ਮਿਲ ਗਿਆ ਇਸ ਦਿਵਾਲੀ, ਇਸ ਬਰਥਡੇ 'ਤੇ। ਉਹਦੇ ਲਈ ਆਪਾਂ ਕੁਛ ਨਹੀਂ ਖਰੀਦਿਆ ਹੈਗਾ। ਅਤੇ ਗੁਰਲੀਨ ਨੇ ਪਾਇਆ ਬਹੁਤ ਸੋਹਣਾ ਫਰੋਕ ਸੂਟ। ਹੁਣ ਤੁਸੀਂ ਸੂਟ ਸਾਟ ਪਾ ਲਿਆ ਕਰੋ ਤਿਉਹਾਰਾਂ ਨੂੰ ਤਾਂ। ਸੂਟ ਨਹੀਂ ਪਾਇਆ, ਆਹ ਦੇਖੋ ਗੁਰਲੀਨ ਨੇ। ਇਹਦੇ ਨਾਲ ਦੇ ਸੂਟ ਆਪਣੇ ਕੋਲ ਮਿਲ ਜਾਣਗੇ। ਤੁਸੀਂ ਸਲਵਾਰ ਸੂਟ ਬਣਾਉਣਾ ਹੈ, ਵਰਕ ਕਰਕੇ ਵੀ ਆਪਾਂ ਦੇਵਾਂਗੇ। 4 ਸ਼ੇਡ ਨੇ 'ਚ ਬਹੁਤ ਸੋਹਣੇ, ਗੁਰਲੀਨ ਵਾਲੇ ਨਾਲ ਦੇ ਤੁਹਾਨੂੰ ਲੋੜ ਹੈ ਤਾਂ ਤੁਸੀਂ ਲੈ ਸਕਦੇ ਹੋ। ਸਲਵਾਰ ਸੂਟ ਬਣਾਉਣ ਵਾਸਤੇ ਮਿਲ ਜਾਣਗੇ ਜੀ, ਠੀਕ ਹੈ। ਅਤੇ ਬਸ ਆਪਾਂ ਤਿਆਰ ਹੋਏ ਬੈਠੇ ਹਾਂ ਜੀ। ਅਤੇ ਉਹ ਮਿਸਤਰੀਆਂ ਨੇ ਜਾਣਾ, ਮਾਸਟਰ ਜੀਆਂ ਕਹਿੰਦੇ ਇਹਨੇ ਪਹਿਲਾਂ ਉਹਨਾਂ ਦੀ ਦਿਵਾਲੀ ਦੇ ਦਈਏ ਵੀ ਇਹਨਾਂ ਨੇ ਜਾਣਾ। ਫਿਰ ਜੱਸੀ ਹੋਰਿਆਂ ਤਾਂ ਜੱਸੀ ਵੀ ਮਿਲਾ ਸ਼ਾਇਦ ਜਾਣ ਨੂੰ ਕਹਿੰਦੇ, ਚਰਨਜੀਤ ਹੋਰਿਆਂ ਨੇ ਸ਼ਾਮ ਨੂੰ ਜਾਣਾ, ਇਹਨਾਂ ਦੀ ਦਿਵਾਲੀ ਆਪਾਂ ਸ਼ਾਮ ਦੇਵਾਂਗੇ, ਠੀਕ ਹੈ। ਇਹ ਅੱਜ ਆਪਾਂ ਰੋਟੀ ਰੁਟੂ ਵੀ ਨਹੀਂ ਬਣਾਉਂਦੇ ਮੈਨੂੰ ਲੱਗਦਾ, ਹੈ ਨਾ। ਅਸੀਂ ਬੈਠਾਂਗੇ ਆਪਾਂ ਬਿਨਾਂ ਰੋਟੀ ਟੁੱਕ ਤੋਂ। ਉਹ ਕੀ ਕਰਦੇ ਜੱਸੀ? ਖਾਣ ਦੇ ਵਿੱਚ ਰੋਟੀ ਵੀ ਨਹੀਂ ਬਣਾਉਂਦੀਆਂ, ਖਾਣ ਨੂੰ ਤਾਂ ਲਿਆਂਦਾ। ਅੱਜ ਆਪਣੇ ਜਿਹੜੇ ਕੰਮ ਰਹਿੰਦੇ ਸੀ, ਬਾਥਰੂਮ ਦੀ ਸਫਾਈ ਰਹਿੰਦੀ ਸੀ, ਉੱਧਰੋਂ ਕੰਮ ਰਹਿੰਦੇ ਸੀ, ਸਾਰੇ ਉਹ ਕੰਮ ਕਰੇ ਨੇ। ਅਤੇ ਚਲੋ ਠੀਕ ਹੈ ਜੀ, ਆਪਾਂ ਫਿਰ ਦੇਖਦੇ ਹਾਂ। ਮਿਸਤਰੀ ਜਾਂਦੇ ਨੇ, ਉਹਨਾਂ ਨੂੰ ਮਾਸਟਰ ਜੀ ਹਿਸਾਬ ਕਿਤਾਬ ਕਰ ਦੇਣ। ਕੱਲ੍ਹ ਨੂੰ 1 ਨਵੰਬਰ ਨੂੰ ਦਿਵਾਲੀ ਦੀ ਛੁੱਟੀ ਰਹੂਗੀ ਅਤੇ ਪਰਸੋਂ ਨੂੰ ਰਹੂਗੀ ਆਪਣੇ ਕਾਹਦੀ, ਵਿਸ਼ਵਕਰਮਾ ਦੀ। ਅਤੇ ਮੇਰੇ ਵੱਲੋਂ ਸਾਰਿਆਂ ਨੂੰ ਤੁਹਾਨੂੰ ਹੈਪੀ ਦਿਵਾਲੀ ਦੀ, ਦਿਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਸਾਰੇ ਤਿਉਹਾਰ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਉਣ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਅਤੇ ਸਭ ਤੋਂ ਜ਼ਰੂਰੀ ਗੱਲ ਹੈ ਜੀ, ਪਰਮਾਤਮਾ ਤੁਹਾਡੀ ਹਿੰਮਤ ਬਣਾ ਕੇ ਰੱਖੇ, ਤੁਹਾਨੂੰ ਤੰਦਰੁਸਤੀ ਦੇਵੇ, ਠੀਕ ਹੈ। ਚਲੋ ਫਿਰ ਆਪਾਂ ਹੁੰਦੇ ਹਾਂ ਜੀ ਤਿਆਰ, ਤਿਆਰੀਆਂ ਬਸ। ਪ੍ਰਭ ਅਤੇ ਅਮਨ ਵੀ ਆ ਗਈਆਂ ਨੇ, ਦੇਖਦੇ ਹਾਂ ਸੈੱਟ ਕਰਦੇ ਹਾਂ ਆਪਾਂ ਕਿੱਥੇ ਕੱਟੀਏ ਕੇਕ। ਪ੍ਰਭ ਦੀ ਜ਼ਿੰਮੇਵਾਰੀ ਲਾਉਣੀ ਆ ਮੈਂ, ਕਰੋ ਸੈੱਟ ਪ੍ਰਭ। ਅਤੇ ਅੱਜ ਮਨਵੀਰ ਦੀ ਵੀਡੀਓ ਦੇਖੀ ਹੋਊ ਤੁਸੀਂ ਸਾਰਿਆਂ ਨੇ। ਜੇ ਤੁਸੀਂ ਨਹੀਂ ਮਨਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਤਾਂ ਕਰ ਲਿਓ ਜੀ। ਮਨਵੀਰ ਦੇ ਚੈਨਲ ਦਾ ਨਾਮ ਹੈਗਾ ਲਾਈਫ ਸਟਾਈਲ ਵਿਦ ਮਨਵੀਰ। ਅਤੇ ਉਹਦਾ ਇੰਨਾ ਜੀ ਕਰੇ, ਰਾਤ ਮੈਨੂੰ ਫੋਨ ਕਰਿਆ, ਮੰਮੀ ਮੈਂ ਨਾ ਉਹ ਪਾਉਣਾ ਪੰਜਾਬੀ ਸੂਟ ਪਾਉਣਾ ਹੈ। ਪਰ ਜਿਹੜੀ ਉਹਦੇ ਨਾਲ ਦੀਆਂ ਕੁੜੀ ਦੀ, ਕਿਸੇ ਨੇ ਪੰਜਾਬੀ ਸੂਟ ਨਹੀਂ ਪਾਇਆ ਵਿਚਾਰੀ ਮਨਵੀਰ ਦਾ ਜੀ ਵਿੱਚੇ ਰਹਿ ਗਿਆ। ਕਹਿੰਦੀ ਮੰਮੀ ਕਿਸੇ ਨੇ ਨਹੀਂ ਪਾਇਆ ਹੈਗਾ। ਮੈਂ ਚੱਲ ਤੂੰ ਪਾ ਲੈ, ਕਹਿੰਦੀ ਫਿਰ ਮੈਂ ਇਕੱਲੀ ਅਲੱਗ ਕੀ ਪਾਵਾਂ। ਚਲੋ ਉਹਦੇ ਹੋਰ ਵੀ ਸੂਟ ਤਿਆਰ ਹੋ ਗਏ ਨੇ, ਦੋ ਭੇਜ ਦਿਓ ਆਪਾਂ। ਹਾਂਜੀ ਚਲੋ ਹੋ ਗਏ ਤਿਆਰ। ਮੀਤਾਂ ਦਾ ਸੂਟ ਪਾ ਕੇ ਰੱਖਤਾ ਭੈਣੇ, ਲਿਫਾਫੇ 'ਚ ਪੈਕ ਕਰ ਦੋ। ਚਲੋ ਜੀ ਆਪਾਂ ਦੇਖਦੇ ਹਾਂ ਬੱਚਿਆਂ ਦਾ ਕੇਕ ਕੱਟ ਲਈਏ। ਇਹ ਆਉਂਦੀ ਹੈ ਪਿੱਛੇ ਨਾ ਜਿਹਦੀਆਂ ਫਿਰ 4 ਫੁੱਟ ਦੀਆਂ ਪੌੜੀਆਂ ਨੇ, ਉਹ ਬੰਦਾ ਇਹ ਕੰਧ ਕੰਨੀ ਕਰ ਦੇ ਮਾਰ। ਇਹ ਕੰਧ ਕੰਨੀ ਜਾਊਗਾ ਨਾ, ਹਾਂ ਇਹਨਾਂ ਦੇ ਬਾਹਰ ਆ ਗਿਆ, ਇੱਧਰ ਆਉਂਦਾ ਕਿੱਧਰ ਨਾ, ਹਾਂ ਕੰਧ ਕੰਨੀ ਜਾਊਗਾ। ਬਸ ਇਹ ਕੰਧ ਕੰਨੀ ਕਰ, ਮੈਨੇ ਦੇਖਿਆ ਨਹੀਂ ਗਈ ਰਾਤ, ਬਸ ਕੰਧ ਕੰਨੀ ਕਰ ਦੇ। ਮਿਸਤਰੀ ਸਾਡਾ ਕੱਚਾ ਹੋ ਆ ਜਾ, ਚਲੋ ਕਰੋ ਕੰਮ, ਕੀ ਕਰਦੇ ਹੋ? ਕੋਈ ਵੱਡਾ ਟੇਬਲ ਹੈਪੀ ਬਰਥਡੇ ਟੂ ਯੂ,
ਹੈਪੀ ਬਰਥਡੇ ਕਾਂਸ ਦੀ ਉਹ ਤੇ ਮਾਰੀ ਬਸ ਚਮਚੇ ਨਾਲ ਕਰ ਲਾਂਗੇ ਦੁਬਾਰ ਚਮਚੇ ਲਿਓ ਜੁੱਤੀ ਕਰ ਬਰਾਈ ਕੁਛ ਨਹੀਂ ਹੁੰਦਾ ਯਾਰ ਨਹੀਂ ਵਿੱਚੋਂ ਬੰਦ ਸੱਟੇ ਵਾਲੀ ਨਹੀਂ ਆਇਆ ਕਿ ਮੈਨੂੰ ਹੁੰਦਾ ਕੁਛ एक पीस कर लो ए सारा फ्राई नहीं चमचा ऐसे पीस टू पाई फिर बाकी का केक का सुचा रहने को ठीक है लो भाई अच्छा करो प्लेट कौन
ਇਹਦਾ ਪੱਖਾ ਮਾਰਦਾ ਹੁਣ ਦਿਹਾੜੀ ਲਾਊਗਾ ਇਹਦਾ ਫੁੱਲ। ਹਾਂ ਬਾਈ ਤੁਸੀਂ ਵੀ ਉੱਥੇ ਲੈ ਜਾਓ ਦੋਹੇ ਪਲੇਟਾਂ ਉਹ ਉੱਥੇ ਬੈਠੇ ਨੇ ਸਾਰੇ। ਕਿਹੜੇ ਵਾਲੇ ਭੁੱਖ ਲੱਗੇ ਤੇ ਨਾ ਵਾਸੇ ਮਾਰ ਦਿੱਤੇ ਨਹੀਂ ਉਹ ਹੋਈ ਤੰਗ ਰਹੇ ਨੇ ਰੋਟੀ ਨਹੀਂ ਲੈ ਕੇ ਆਇਆ ਹੈਗਾ ਫਿਰ ਉਹਨੂੰ ਖਵਾ ਦੇ ਬਸ ਬਸ ਲਿਆਉਂਗਾ ਅੱਜ ਪਲੇਟ ਚ ਪਾ ਕੇ ਦੇ ਦੋ ਬ੍ਰੈਡ ਦੇ ਦੇ ਲੈ ਉਹ ਪਲੇਟਾਂ ਹੀ ਇੱਥੇ ਨਹੀਂ ਦੇ ਬਾਕੀ ਚ ਪਾ ਲੈ ਬਾਕੀ ਚ ਕੀ ਬੋਲ ਰਹੇ ਆਂਟੀ ਲੈ ਪਰ ਬਗੇ ਕਰੇ ਕੌਣ ਦਾ ਮੈਂ ਫੜਾਇਆ ਨਹੀਂ ਜਪੜਾ ਐਂ ਲੈ ਜਾ ਅਮਨ ਗੇਟ ਖੋਲੀ ਰੋਟੀ ਵੀ ਨਹੀਂ ਖਾ ਕੇ ਦਿੱਤੀ ਬਾਅਦ ਕੰਮ ਲਾਇ ਵਰਦੀ ਆ ਹੁਣ ਤਾਂ ਇਹਨਾਂ ਦੱਸ ਕੱਲੀ ਹੁੰਦੇ ਮੈਂ ਤਾਂ ਮਾਰਾ ਵੇ ਰੋਟੀ ਆ ਕੇ ਟੈਂਸ਼ਨ ਨਾ ਉਹਦੇ ਨਹੀਂ ਦੇਖੋ ਮੈਨੂੰ ਤਾਂ ਦੇ ਮਾਰ ਉਹਦਾ ਨਹੀਂ ਦੇ ਇਹੀ ਦੇਖ ਗਈ ਆ ਇਹਨੂੰ ਲਓ ਜੀ ਆਪਾਂ ਇੱਥੋਂ ਨਾ ਆਪਣੀ ਜਿਹੜੀ ਕਿਚਨ ਇੱਥੋਂ ਵੀ ਸਮਾਨ ਚੱਕ ਦਿੰਦੇ ਹਾਂ ਇੱਥੇ ਥੋੜ੍ਹਾ ਜਿਹਾ ਕੰਮ ਰਹਿੰਦਾ ਸੀ ਮਿਸਤਰੀ ਕਰ ਗਏ ਨੇ ਅਤੇ ਉਹ ਚਲੇ ਗਏ ਨੇ ਫਿਰ ਕੱਲ੍ਹ ਨੂੰ ਦਿਵਾਲੀ ਦੀ ਛੁੱਟੀ ਪਰਸੋਂ ਨੂੰ ਵਿਸ਼ਵਕਰਮਾ ਦੀ ਛੁੱਟੀ ਫਿਰ ਉਹ ਦੋ ਦਿਨ ਹੁਣ ਛੁੱਟੀ 'ਤੇ ਨੇ ਅਤੇ ਆਪਾਂ ਇੱਥੋਂ ਚੰਗੀ ਤਰ੍ਹਾਂ ਝਾੜੂ ਮਾਰ ਕੇ ਇਹਨੂੰ ਕਲੀਨ ਕਰ ਦਿੰਦੇ ਹਾਂ ਸਮਾਨ ਆਪਾਂ ਸਾਰਾ ਚੱਕ ਦਿੰਦੇ ਹਾਂ ਤਾਂ ਕਿ ਥੋੜ੍ਹਾ ਜਿਹਾ ਸਾਫ਼ ਜਿਹਾ ਹੋ ਜੇ ਹੈ ਨਾ ਕਈ ਵਾਰੀ ਮਿਸਤਰੀ ਦੋ ਦਿਨ ਕਰਕੇ ਚਾਰ ਦਿਨ ਆਉਂਦੇ ਨਹੀਂ ਵੀ ਨਹੀਂ ਹੁੰਦੇ ਬਾਕੀ ਹੁਣ ਇੱਥੋਂ ਕੰਮ ਨਿਬੜ ਗਿਆ ਆਪਾਂ ਨੂੰ ਸਫਾਈ ਕਰੇ 'ਚ ਹੀ ਫਾਇਦਾ ਆਪਾਂ ਝਾੜੂ ਬਾਈ ਦਾ ਕਰ ਲੈਂਦੇ ਹਾਂ ਸਾਰਾ ਸਾਫ਼ ਕਰ ਲੈਂਦੇ ਹਾਂ ਲਓ ਜੀ ਆਪਾਂ ਚੱਕ ਦਿੰਦੇ ਇੱਥੋਂ ਫਟਾਫਟ ਸਮਾਨ ਸਾਰਾ ਅਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਦਿੰਦੇ ਹਾਂ ਸਾਫ਼
हाँ कोई गल नहीं जो उदो बुलाऊंगी फिर आप सारा धो धोया करा जो ये मिस्त्री बन गए उन्ना चिर तो अभी करी जाने फिर सारा बेड़ा बूढ़ा धो देंगे ला ला के माजा पर कासी वाले बंदे ने बड़े अच्छी भी गाली है हां अच्छी भी खोरे ने सारे मान के कहला साडा लानी है जे हजे एक महीना तस लगूगा गड्डी नू लाहो किते भर के फड़ाई का की फायदा गुरली ने अपना दुध गर्म करने वाला पिया वे करिए मैं तो तेरे डैडी बग जाने बाजार तो तुम घर सामू तू तेरे पन ठीक है दुध नो बाली दे लो दे बड़े तुसक च सब्जी मैं तो हम उदों दे बिल पाए ने मैं तो जमी नहीं एक मिनट मैं तो मेरा दादा दी गीने नु 2 घंटे पहला की करा दुध भी खराब हो गया ढाई बजे दुध कैनी च बंद कर दुध ढाई बजे से कैनी बंद करी पा दुध तो खराब हो गया हूँ मैं कि लै गए मैं हूँ ही कड़ दी मैं तेन कहा तो है हूँ इन फटाफट होर भांडे च कड़ लो मैं तो हूँ देखा भी दुध नहीं लेके गए अज मजे मिली नहीं सवेरे चलो ठीक है जी आप अज वाले ब्लॉग का एंड इत ही करते हैं कल नवे ब्लॉग न मिलते हैं दोबारा फिर तो दिवाली ते बंदी छोड़ दिवस दी बहुत बहुत बधाइयां।